ਇਹੋ ਸਕੂਟਰ ਛਿੱਕੇ ਨੇ ਯਾਰ, ਇਸ ਨੂੰ ਕਿਤੇ ਕਬਾੜ ਚ ਲਗਾਈ ਨੀ ਆਉਂਦੀ, ਜਦੋਂ ਸੌਦੇ ਤਾਂ ਲੈਣੇ ਨੇ, ਕੁਦੋ ਦਿਨ ਦੇ ਸੌਦੇ ਤਾਂ ਬਣਦੇ ਨੇ। ਮੇਰਾ ਮੋਬਾਈਲ ਮੋਬਾਈਲ ਕੋਈ ਚਾਰਜ ਨਹੀਂ ਚਾਰਜ ਭਾਈ ਜੀ। ਯਾਰ ਗੱਲ ਇਹ, ਤੁਸੀਂ ਗੱਲ ਪਾਏ ਗਏ ਹੋ, ਪਰਲੇ ਬੰਦੇ ਦੀ ਤੁਸੀਂ ਗੱਲ ਨਹੀਂ ਸੁਣੀ, ਸਮਝ ਆਈ? ਅੱਜ ਦੌਰ ਇਹ ਘਿਓ ਕਿਤਨੇ ਦਾ ਕਿਲੋ ਹੈ? 500 ਦਾ, 500-600 ਦਾ ਕਿਲੋ ਘਿਓ ਹੈ, 100 ਰੁਪਏ ਕਿਲੋ ਚੀਨੀ ਹੈ, ਸਮਝ ਆ ਗਈ? ਪੱਤੀ ਇਹਦੇ 190 ਦੀ ਆਈ, 290 ਦੀ, ਹੁਣ 300 ਤੇ ਪੱਤੀ ਗਈ ਪਈ। ਗਰੀਬ ਬੰਦਾ ਕੀ ਕਰੇ? ਜਿਹੜਾ ਸਵੇਰੇ ਨਿਕਲਿਆ ਉਹ ਗਿਆ, ਉਸਨੇ 500-700 ਰੁਪਏ ਉਸਦੀ ਦਿਹਾੜੀ, ਉਹ ਮਾਰ ਮਾਰ ਕੇ ਟੇਲ, ਮਾਰ ਮਾਰ ਕੇ ਟੇਲ, ਸਾਰਾ ਦਿਨ ਕੰਢ ਕੁਟਾ ਕੇ ਸ਼ਾਮ ਤੱਕ ਉਸਨੇ 700 ਕਮਾਇਆ। ਸ਼ਾਮੀ ਜੀ ਉਸਨੇ ਜ਼ਿਮੀਦਾਰ ਨੂੰ ਆਖਿਆ ਵੀ 700 ਰੁਪਇਆ ਦੇ ਚਾਹ, ਜਿਹਦੇ ਖਾਲੇ ਕੱਟੇ। ਉਸ ਕੀ ਆਖਿਆ? ਉਹ ਕੋਈ ਨੀ, ਹਫ਼ਤੇ ਕਰ ਲਈ ਸਾਂ। ਤੇ ਗਰੀਬ ਬੰਦਾ ਕੀ ਕਰੇ? ਚੋਰੀਆਂ ਨਾ ਕਰੇ ਤੇ ਕੀ ਕਰੇ? ਮੇਰੇ 4 ਬੱਚੇ ਨੇ, ਉਹਨਾਂ ਨੂੰ ਕਰ ਕੇ ਲਿਆ ਕੇ ਜਦੋਂ ਮਜ਼ਦੂਰੀ ਕਰਨੀ ਹੈ, ਮਜ਼ਦੂਰੀ ਨਹੀਂ ਹੈ ਟਾਈਮ ਮਿਲਣੀ, ਠੀਕ ਹੈ? ਉਹ ਬੰਦਾ ਕੀ ਕਰ ਸਕਦੀ? ਮਜਬੂਰ ਹੋ ਕੇ ਵੱਧ ਤੋਂ ਵੱਧ ਕਿਆ ਕਰੇ ਸੀ? ਜਾਂ ਤਾਂ ਆਪਣਾ ਸਿਰ ਵਜਾ ਜਾ ਸੀ, ਸਮਝ ਆ ਗਈ? ਜਾਂ ਚੋਰੀਆਂ ਕਰੇ ਸੀ, ਬਾਲਾਂ ਦਾ ਪੇਟ ਤਾਂ ਪਾਲਣਾ ਕਿਸੇ ਨਾ ਕਿਸੇ ਤਰੀਕੇ। ਜਿਹਦੀ ਮਜ਼ਦੂਰੀ ਕਰਨੀ ਹੈ, ਮਜ਼ਦੂਰੀ ਨਹੀਂ ਮਿਲ ਰਹੀ, ਉਦੋਂ ਮਹਿੰਗਾਈ ਸਿਰ ਪਾੜੀ ਪਈ ਹੈ, ਸਮਝ ਆ ਗਈ? ਗਲਤ ਰਸਤਾ ਅਖਤਿਆਰ ਨਾ ਕਰ ਯਾਰ, ਤੁਹਾਡੀ ਗੱਲ ਹੀ ਦੇਖੋ, ਤੁਸੀਂ ਜੋ ਕਰੋ, ਜਿਸ ਤਰ੍ਹਾਂ ਕਰੋ, ਕਰ ਸਕਦੇ ਹੋ ਗੱਲ ਨੂੰ ਸਮਝੋ, ਲੇਕਿਨ ਇਹ ਕੰਮ ਸ਼ੌਕ ਤੋਂ ਨਹੀਂ ਹੁੰਦਾ ਪਈਆ, ਸਮਝ ਆ ਗਈ? ਹਰ ਇਨਸਾਨ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਹੈ। ਮੌਜੂਦ ਨਾਜ਼ਰੀਨ, ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਬੰਦੇ ਕੋ ਚੋਰੀ ਚਕਾਰੀ ਧੋਖਾ ਦੇਈ ਤੇ ਮਾਸ਼ਰਾ ਗਿਣ ਕੇ ਰਹਿੰਦਾ ਹੈ। ਇਹਨਾਂ ਦਾ ਜ਼ਿੰਮੇਦਾਰ ਸਾਡਾ ਮਾਸ਼ਰਾ ਹੈ, ਕਿਉਂਕਿ ਅਸਾਂ ਲੋਕ ਮਜ਼ਦੂਰ ਕੋ ਮਜ਼ਦੂਰੀ ਟਾਈਮ ਤੇ ਨਹੀਂ ਦਿੰਦੇ, ਆਪਣੀ ਜ਼ਕਾਤ ਨਹੀਂ ਕੱਢਦੇ, ਉਸ਼ਰ ਨਹੀਂ ਸੇ ਕੱਢਦੇ, ਤਾਂ ਜਿਹੜਾ ਗਰੀਬ ਹੈ ਨਾ, ਉਹ ਗਰੀਬ ਥੀਂਦਾ ਰਹਿੰਦਾ ਤੇ ਉਹ ਕੋ ਮਜਬੂਰਨ ਇਹ ਕੰਮ ਕਰਨਾ ਪਾਉਂਦਾ। ਉਮੀਦ ਹੈ ਕਿ ਜਿਹੜਾ ਅਸਾਂ ਮੈਸੇਜ ਦੇਵਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਤੇ ਸਾਰੇ ਪੂਰਾ ਉਤਰ ਸਨ। ਬੀਆ ਨਹੀਂ ਤਾਂ ਅਸਾਂ ਕਮ ਅਜ਼ ਕਮ ਮਜ਼ਦੂਰ ਦੀ ਮਜ਼ਦੂਰੀ ਤਾਂ ਟਾਈਮ ਤੇ ਦੇ ਸਕਦੇ ਹਾਂ, ਤਾਂ ਕਿ ਉਹ ਸ਼ਾਮ ਕੋ ਆਪਣੇ ਬਾਲਾਂ ਦਾ ਰੋਟੀ ਟੁੱਕਰ ਪੂਰਾ ਕਰ ਸਕੇ।